ਗੱਲਾਂ ਅਮਰਿੰਦਰ ਭਾਅ ਜੀ ਤੋਂ ਸਿੱਖਿਆ ਸੀ ਉਹ ਮੈਂ ਹੁਣ ਸੋਚਦੀ ਹਾਂ ਕਿ ਮੈਂ ਕਿਉਂ ਆਪਦੀ ਲਾਈਫ 'ਚ ਉਹ ਭੁੱਲ ਗਈ। ਅਮਰਿੰਦਰ ਗਿੱਲ ਨੂੰ ਮੈਨੂੰ ਯਾਦ ਹੈ, ਮੈਂ ਅਮਰਿੰਦਰ ਜੀ ਨੂੰ ਫੋਨ ਕੀਤਾ ਸੀ ਲਾਹੌਰੀ ਟਾਈਮ 'ਤੇ। ਮੈਨੂੰ ਅੰਗਰੇਜ਼ ਦਾ ਤਾਂ ਪਤਾ ਹੀ ਨਹੀਂ ਸੀ ਕਿ ਕਲੈਕਸ਼ਨ ਹੁੰਦੀ ਕੀ ਹੈ, ਮੈਨੂੰ ਤਾਂ ਬਾਕਸ ਆਫਿਸ ਤਾਂ ਉਦੋਂ ਪਤਾ ਹੀ ਨਹੀਂ ਸੀ। ਮੈਨੂੰ ਬਸ ਅਮਰਿੰਦਰ ਗਿੱਲ ਜੀ ਨੇ ਆ ਕਹਿਣਾ ਕਿ ਫਿਲਮ ਚੱਲ ਗਈ, ਸੁਪਰ ਹਿੱਟ ਆ, ਸੌਂ ਜਾ। ਲਵ ਪੰਜਾਬੀ ਹੋਈ, ਉਹਨਾਂ ਨੇ ਕਿਹਾ ਸੁਪਰ ਹਿੱਟ ਆ, ਤੂੰ ਸੌਂ ਜਾ। ਕਿ ਮਤਲਬ ਬਸ ਇੰਨੀ ਜੀ ਗੱਲ ਸੀ ਕਿ ਯਾਰ ਚੱਲ ਗਈ ਫਿਲਮ, ਹੁਣ ਕੀ 10 ਪੈਸੇ ਉੱਤੇ 10 ਪੈਸੇ ਘੱਟ, ਤੂੰ ਕੀ ਕਰਨਾ। ਮੈਂ ਕਿਹਾ ਵਧੀਆ ਗੱਲ ਹੈ, ਮੈਨੂੰ ਕਦੇ ਨਹੀਂ ਪਤਾ ਸੀ, ਹੈ ਨਾ। ਲਾਹੌਰੀਏ ਦੇ ਟਾਈਮ 'ਤੇ ਇਨਫੈਕਟ ਉਸ ਸਾਲ ਬਹੁਤ ਹੋਰ ਫਿਲਮਾਂ ਸੀਗੀਆਂ ਜਿਹੜੀਆਂ ਲਾਹੌਰੀਏ ਤੋਂ, ਦੋ ਫਿਲਮਾਂ, ਇੱਕ ਫਿਲਮ ਹੋਰ ਸੀ ਜਿਹਨੇ ਲਾਹੌਰੀਏ ਤੋਂ ਵੱਧ ਪੈਸੇ ਕਮਾਏ ਸੀ। ਅਤੇ ਮੈਂ ਕਿਤੇ ਗਈ ਸੀ ਇੰਨੀ ਕੌਨਫੀਡੈਂਟਲੀ ਆ ਸੋਚ ਕੇ ਕਿ ਮੇਰੀ ਫਿਲਮ ਤਾਂ ਸੁਪਰ ਹਿੱਟ ਫਿਲਮ ਆ, ਮੈਨੂੰ ਪਤਾ ਹੀ ਨਹੀਂ ਸੀ ਕਿ ਬਾਕੀ ਕੋਈ ਫਿਲਮ ਕੀਤੀ, ਹੈ ਨਾ। ਅਤੇ ਅੰਬਰ ਕਹਿੰਦਾ ਸ਼ਿਟ, ਮੈਨੂੰ ਲੱਗ ਰਿਹਾ ਸੀ ਕਿ ਇਹਨੂੰ ਪਤਾ ਵੀ ਹੈ ਕਿ ਨਹੀਂ ਪਤਾ ਹੈ। ਡਿਲਿਊਜ਼ਨ, ਇਗਨੋਰੈਂਸ ਤੋਂ ਵਧੀਆ ਕੋਈ ਚੀਜ਼ ਨਹੀਂ ਹੈ। ਜ਼ਰੂਰੀ ਨਹੀਂ ਹੈ ਕਿ ਹਰ ਚੀਜ਼ ਪਤਾ ਹੋਵੇ।